ਪ੍ਰਸ਼ੰਸਾ ਯੋਗ ਹੈ ਕਿ ਇਸੇ ਤਰ੍ਹਾਂ ਇਹ ਮੈਚ ਹੁੰਦੇ ਰਹਿਣੇ ਚਾਹੀਦੇ ਨੇ, ਆਪਸੀ ਪ੍ਰੇਮ ਪਿਆਰ ਪਾਰਟੀ ਬਾਜਾ ਤੋਂ ਉੱਠ ਕੇ ਤੇ ਬਹੁਤ ਹੀ ਵਧੀਆ ਉਹ ਹੈ। ਮੇਰੇ ਖਿਆਲ 'ਚ ਟੇਰੀ ਹਿਲੇਰੀ ਵਿਕਟਰ ਜੀ ਰਿਟਾਇਰਮੈਂਟ ਹੋ ਗਈ ਮਤਲਬ ਉਹਨਾਂ ਦੀ, ਉਸ ਤੋਂ ਬਾਅਦ ਹੁਣ ਮੈਨੂੰ ਲੱਗਦਾ ਗਏ ਨੇ ਬੱਬਰ ਜੀ, ਭੁਪਿੰਦਰ ਬੱਬਰ, ਬਹੁਤ ਵਧੀਆ ਬੈਟਸਮੈਨ ਨੇ। ਸ਼ੁਰੂਆਤ ਕੀਤੀ ਹਿਲੇਰੀ ਜੀ ਨੇ ਓਪਨਿੰਗ ਦੇ ਮੋਹਿਤ ਸ਼ੰਕਰ ਜੀ ਨਾਲ, ਦੋਨੋਂ ਆਪਸ ਦੇ ਵਿੱਚ ਬੈਟ ਬਣਾਉਂਦੇ ਹੋਏ ਹੱਥ ਮਿਲਾਉਂਦੇ ਹੋਏ ਵਿਕਟ ਕੀਪਰ ਆਪਣੇ ਬੈਟਸਮੈਨ ਭੁਪਿੰਦਰ ਬੱਬਰ ਔਰ ਸ਼ੰਕਰ ਜੀ, ਔਰ ਮੈਨੂੰ ਲੱਗਦਾ ਵੀ ਸਿਮਰਨ ਢਿੱਲੋਂ ਕੋਸ਼ਿਸ਼ ਕਰਦੇ ਹੋਏ ਬਾਲਿੰਗ ਦੀ ਓਵਰ ਉਹ ਲੈ ਰਹੇ ਨੇ, ਆਪਣੇ ਪ੍ਰੈਕਟਿਸ ਕਰਦੇ ਹੋਏ ਔਰ ਨਾਲ ਹੀ ਫੀਲਡਿੰਗ ਦੇ ਵਿੱਚ ਡਾਇਰੈਕਸ਼ਨ ਦਿੰਦੇ ਹੋਏ, ਕਿਉਂਕਿ ਬਾਲਰ ਨੂੰ ਦੱਸਣਾ ਪੈਂਦਾ ਵੀ ਕਿੱਧਰ ਕਿੱਧਰ ਫੀਲਡਿੰਗ ਹੋਣੀ ਚਾਹੀਦੀ ਹੈ। ਬਾਲ ਸ਼ੰਕਰ ਜੀ ਵੱਲੋਂ ਹਿੱਟ, ਇੱਕ ਰਨ ਸ਼ੰਕਰ ਜੀ ਨੇ ਆਪਣੀ ਟੀਮ 'ਚ ਫਿਰ ਹੋਰ ਜੋੜਿਆ। ਭੁਪਿੰਦਰ ਬੱਬਰ ਜੀ ਪਹੁੰਚ ਗਏ ਬੈਟਿੰਗ ਦੇ, ਫੇਸ ਕਰ ਰਹੇ ਨੇ ਭੁਪਿੰਦਰ ਬੱਬਰ ਜੀ ਜੋ ਕਿ ਬਹੁਤ ਹੀ ਵਧੀਆ ਫੋਟੋਗ੍ਰਾਫਰ ਨੇ। ਇਹਨਾਂ ਦਾ ਵੈਸੇ ਹੀ ਪਲੇਅਰ ਜਿੱਥੇ ਪਲੇਅਰ ਨੇ ਫੋਟੋਗ੍ਰਾਫਰ ਵਧੀਆ ਨੇ, ਸੋਸ਼ਲ ਵਰਕਰ ਵੀ ਬਹੁਤ ਵਧੀਆ ਨੇ, ਹਰ ਇੱਕ ਦੀ ਮਦਦ ਕਰਨ ਵਿੱਚ ਆਪਣੇ ਆਪ ਨੂੰ ਮਹਿਸੂਸ ਕਰਦੇ ਨੇ, ਮਾਣ ਮਹਿਸੂਸ ਕਰਦੇ ਨੇ। ਵਾਈਟ ਬਾਲ ਸਿਮਰਨ ਢਿੱਲੋਂ ਦੀ, ਇੱਕ ਰਨ ਹੋਰ ਜੁੜਿਆ ਪ੍ਰੈਸ ਕਲੱਬ ਦੀ ਟੀਮ ਦੇ ਵਿੱਚ। ਵਾਈਟ ਬਾਲ ਦੀ ਇੱਕ ਹੋਰ ਜੋੜ ਲਓ ਜੀ, ਜਿੱਥੇ ਸਕੋਰਰ ਬਣਾ ਲਿਖ ਰਹੇ ਨੇ ਸਕੋਰ। ਬੱਬਰ ਜੀ ਵੱਲੋਂ ਹਿੱਟ, ਇੱਕ ਰਨ ਬੱਬਰ ਜੀ ਅਤੇ ਮੋਹਿਤ ਸ਼ੰਕਰ ਜੀ ਨੇ ਲਿਆ, ਇੱਕ ਰਨ ਹੋਰ ਪ੍ਰੈਸ ਕਲੱਬ ਦੀ ਟੀਮ ਦੇ ਵਿੱਚ ਜੁੜ ਗਿਆ। ਬਹੁਤ ਹੀ ਵਧੀਆ ਤਰੀਕੇ ਨਾਲ ਦੋਨੋਂ ਟੀਮਾਂ ਬੈਟਿੰਗ ਔਰ ਫੀਲਡਿੰਗ ਫੀਲਡ ਕਰ ਰਹੀਆਂ ਨੇ। ਪਹਿਲਾਂ ਮਿਊਂਸਪਲ ਕੌਂਸਲ ਦੀ ਟੀਮ ਨੇ ਬਹੁਤ ਸੋਹਣੀ ਬੈਟਿੰਗ ਕੀਤੀ, 151 ਰਨ ਬਣਾ ਕੇ, ਵੈਰੀ ਗੁੱਡ ਸ਼ਾਟ। ਦੋ ਰਨ ਮੋਹਿਤ ਸ਼ੰਕਰ ਜੀ ਵੱਲੋਂ ਹੋਰ ਜੋੜਦੇ ਹੋਏ ਆਪਣੀ ਟੀਮ ਦੇ ਵਿੱਚ। ਮੈਂ ਦੱਸ ਰਿਹਾ ਸੀ ਪਹਿਲਾਂ ਮਿਊਂਸਪਲ ਕੌਂਸਲ ਦੀ ਟੀਮ ਜਿਹਦੀ ਅਗਵਾਈ ਸਰਬਜੀਤ ਜੀ ਕਰ ਰਹੇ ਨੇ, 151 ਰਨ ਉਹਨਾਂ ਨੇ ਟੀਮ ਨੇ ਬਣਾਇਆ, 152 ਦੀ ਜੋ ਟਾਰਗੇਟ ਦਿੱਤਾ ਗਿਆ ਪ੍ਰੈਸ ਕਲੱਬ ਨੂੰ ਸ਼ਾਟ। ਮੋਹਿਤ ਸ਼ੰਕਰ ਜੀ ਵੱਲੋਂ ਸ਼ਾਟ ਔਰ ਚੌਕਾ, ਚੌਕਾ ਮੋਹਿਤ ਸ਼ੰਕਰ ਜੀ ਵੱਲੋਂ। ਮੋਹਿਤ ਸ਼ੰਕਰ ਜੀ ਵੀ ਬਹੁਤ ਵਧੀਆ ਤਰੀਕੇ ਨਾਲ ਖੇਡ ਰਹੇ, ਜਿਵੇਂ ਰਾਣਾ ਜੀ ਖੇਡ ਕੇ ਕਿੰਨੇ ਮਿੱਤਰ ਰਾਣਾ ਜੀ ਮਿਊਂਸਪਲ ਕੌਂਸਲ ਦੀ ਟੀਮ ਵੱਲੋਂ ਓਪਨਿੰਗ 'ਤੇ ਬਹੁਤ ਵਧੀਆ ਖੇਡ ਰਹੇ ਨੇ, ਨਾਲ ਭੁਪਿੰਦਰ ਬੱਬਰ ਜੀ ਖੇਡ ਰਹੇ ਨੇ, ਔਰ ਉਮੀਦ ਹੈ ਕਿ ਮੈਚ ਬਹੁਤ ਫਸਮਾਂ ਹੋਣਾ ਚਾਹੀਦਾ ਸਾਡੇ ਦਰਮਿਆਨ। ਮੈਂ ਪਹਿਲਾਂ ਵੀ ਦੱਸਿਆ ਸੀ ਸਾਡੇ ਸਾਬਕਾ ਮਿਊਂਸਪਲ ਕੌਂਸਲਰ ਜਸਵੀਰ ਕੌਰ ਅਤਲੀ ਜੀ, ਕਮਲਜੀਤ ਕੌਰ ਜੀ, ਸੁਰਜੀਤ ਸੁਰਿੰਦਰ ਰੋਡਾ ਜੀ, ਹਰਪਾਲ ਚੰਨਾ ਜੀ ਔਰ ਸਾਡੇ ਬਹੁਤ ਸਤਿਕਾਰਯੋਗ ਭੈਣ ਹਰਦੀਪ ਕੌਰ ਵਿਰਕ ਜੀ,
ਸਾਡੇ ਦਰਮਿਆਨ ਪਹੁੰਚੇ ਨੇ ਖਿਡਾਰੀਆਂ ਨੂੰ ਹੌਸਲਾ ਦੇਣ ਲਈ, ਉਹਨਾਂ ਦਾ ਧੰਨਵਾਦ। ਔਰ ਸਰਦਾਰ ਰਜਿੰਦਰ ਸਿੰਘ ਜੀ, ਰਾਜਵਿੰਦਰ ਸਿੰਘ ਜੀ ਔਰ ਡਾਕਟਰ ਗੁਰਪ੍ਰੀਤ ਸਿੰਘ ਜੀ, ਜਿਨ੍ਹਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਇਸ ਟੂਰਨਾਮੈਂਟ ਇਸ ਮੈਚ ਦੇ ਵਾਸਤੇ। ਇਹ ਬਹੁਤ ਵੱਡੀ ਗੱਲ ਹੈ ਜੋ ਆਪਾਂ ਮੈਚ ਅੱਜ ਖੇਡ ਰਹੇ ਹਾਂ, ਕਿੰਨੇ ਪਿਆਰ ਸਤਿਕਾਰ ਅਤੇ ਆਪਸੀ ਸਾਂਝ ਵਿੱਚ ਖੇਡਦੇ ਹਾਂ ਆਪਾਂ। ਸੋ ਇਸ ਤਰ੍ਹਾਂ ਦੇ ਮੈਚ ਹੋਣੇ ਚਾਹੀਦੇ ਨੇ, ਅਤੇ ਇਨੀਸ਼ੀਏਟਿਵ ਜੋ ਲੈਂਦੇ ਨੇ ਸਰਦਾਰ ਪ੍ਰਦੀਪ ਸਿੰਘ ਜੀ, ਹੈਪੀ ਸਰਬਜੀਤ ਸਿੰਘ ਜੀ, ਬਹੁਤ ਵਧੀਆ ਗੱਲ ਹੈ। ਪਹਿਲਾਂ ਵੀ ਪੁਲਿਸ ਵਾਲਿਆਂ ਨਾਲ ਵੀ ਮੈਚ ਖੇਡਿਆ, ਜੋ ਆਰਟਿਸਟਾਂ ਨਾਲ ਵੀ ਮੈਚ ਹੋਇਆ। ਸੋ ਇਸੇ ਤਰ੍ਹਾਂ ਮੈਚ ਹੋਣੇ ਚਾਹੀਦੇ ਨੇ। ਸਾਡੇ ਸਰਦਾਰ ਤਰਲੋਚਨ ਸਿੰਘ ਜੀ ਮਟੌਰ ਤੋਂ, ਜੋ ਕਿ ਬਹੁਤ ਹੀ ਸਮਾਜ ਸੇਵੀ ਨੇ, ਖਿਡਾਰੀਆਂ ਨੂੰ ਹੌਸਲਾ ਦੇਣ ਵਾਸਤੇ ਸਾਡੇ ਦਰਮਿਆਨ ਪਹੁੰਚੇ ਨੇ, ਉਹਨਾਂ ਦਾ ਇੱਥੇ ਪਹੁੰਚਣ 'ਤੇ ਜੀ ਆਇਆਂ ਧੰਨਵਾਦ ਕੀਤਾ ਜਾਂਦਾ ਸਰਦਾਰ ਤਰਲੋਚਨ ਸਿੰਘ ਜੀ ਦਾ। ਕਿੱਥੇ ਚਲ ਗਏ? ਮੈਂ ਜੋ ਪਹਿਲਾਂ ਦੱਸ ਰਿਹਾ ਸੀਗਾ, ਭੁਪਿੰਦਰ ਬੱਬਰ ਜੀ ਅਤੇ ਮੋਹਿਤ ਸ਼ਰਮਾ ਜੀ, ਮੋਹਿਤ ਸ਼ੰਕਰ ਜੀ, ਸੋ ਬਹੁਤ ਹੀ ਵਧੀਆ ਤਰੀਕੇ ਨਾਲ ਹੁਣ ਚੱਲੇ ਨੇ। ਪ੍ਰਦੀਪ ਹੈਪੀ ਜੀ ਕੈਪਟਨ ਸਾਹਿਬ ਗਰਾਊਂਡ ਦੇ ਵਿੱਚ, ਕੋਈ ਆਪਣੇ ਖਿਡਾਰੀਆਂ ਨੂੰ ਡਾਇਰੈਕਸ਼ਨ ਦੇਣ ਵਾਸਤੇ ਕੈਪਟਨ ਸਾਹਿਬ, ਕੁਝ ਟਿਪਸ ਸਮਝਾਉਣ ਵਾਸਤੇ ਵੀ ਆਪਾਂ ਕਿਵੇਂ ਮਿਊਨਸਪਲ ਕੌਂਸਲ ਟੀਮ ਦਾ ਮੁਕਾਬਲਾ ਕਰਨਾ, ਕਿਉਂਕਿ ਉਹਨਾਂ ਨੇ ਵੀ ਟਾਰਗੇਟ ਬਹੁਤ ਵੱਡਾ ਰੱਖਿਆ ਨਾ ਕਿ 152 ਸਕੋਰਾਂ ਦਾ। ਸੋ ਆਪਸ ਦੇ ਵਿੱਚ ਗੁਫ਼ਤਗੂ ਕਰਦੇ ਹੋਏ ਪਲੇਅਰ ਔਰ ਕੈਪਟਨ ਪ੍ਰਦੀਪ ਹੈਪੀ ਜੀ, ਅੰਪਾਇਰ ਸਾਹਿਬ ਵੀ ਕੋਲ ਨੇ ਗੁਰਪ੍ਰੀਤ ਜੀ, ਕੁਝ ਸਮਝਾਉਂਦੇ ਹੋਏ ਰਣਦੀਪ ਜੀ ਤੁਸੀਂ ਕੋਲ ਨਾ ਖੜੋ, ਖੜੋ, ਉਹਨਾਂ ਨੂੰ ਸਮਝਾਉਣਾ ਨੀਗਾ, ਉਹਨਾਂ ਦੀ ਗੁਪਤ ਗੱਲਾਂ ਹੋ ਰਹੀਆਂ ਨੇ, ਤੁਸੀਂ ਕੋਲ ਖੜ ਕੇ CID ਲਈ ਜਾਂਦੇ ਹੋ। ਪ੍ਰਦੀਪ ਜੀ ਇਹਨੂੰ ਕੋਲ ਨਾ ਖੜਾਇਆ ਕਰੋ, ਸਾਰਾ ਕੁਝ ਦੱਸ ਦਿੰਦੇ ਨੇ ਫਿਰ ਬਾਹਰ ਆ ਕੇ। ਸੋ ਉਹਨਾਂ ਨੇ ਆਪਣੀ ਸਟ੍ਰੈਟਜੀ ਬਣਾਉਣੀ ਹੁੰਦੀ ਹੈ, ਇਹ ਸਾਡੇ ਬੰਦੇ ਕੋਲ ਖੜ ਜਾਂਦੇ ਜਾ ਕੇ। ਆ ਇੱਕ ਹੋਰ ਦਾ ਮੈਨੂੰ ਲੱਗਦਾ ਟੀ ਸ਼ਰਟ ਜੀ ਬਦਲੀ ਤਾਂ ਹੈ, ਕਿਹਦੀ ਹੈ ਇਹ? ਪ੍ਰਦੀਪ ਜੀ ਕੌਣ ਕੀਤਾ ਅੰਦਰ ਹੁਣ? ਅੱਛਾ ਡਰੈਸ ਚੇਂਜ ਕੀਤੀ ਆ, ਆਓ। ਵੈਰੀ ਗੁੱਡ ਗੁੱਡ ਵਿਕਟ ਕੀਪਰ, ਵਾਈਟ ਬਾਲ, ਇੱਕ ਰਨ ਹੋਰ ਜੋੜਦੇ ਹੋਏ ਪ੍ਰੈਸ ਕਲੱਬ ਦੀ ਟੀਮ। ਸਾਡੇ ਵਿੱਚ ਥੋੜ੍ਹੇ ਮਿੰਟਾਂ ਦੇ ਵਿੱਚ ਕਿਆ ਬਾਤ ਹੈ, ਸ਼ਾਟ ਸ਼ਾਟ ਨੂੰ ਬਹੁਤ ਸੋਹਣਾ ਮਾਰਿਆ ਸੀਗਾ ਮੋਹਿਤ ਸ਼ੰਕਰ ਜੀ ਨੇ, ਲੇਕਿਨ ਫੀਲਡਰ ਨੇ ਬਹੁਤ ਜਲਦੀ ਉਹਨੂੰ ਕਰਕੇ ਕੰਟਰੋਲ ਕਰ ਲਿਆ। ਬੱਬਰ ਜੀ ਇੱਕ ਰਨ ਹੋਰ ਆਪਣੇ ਖਾਤੇ ਜੋੜਦੇ ਹੋਏ ਭੁਪਿੰਦਰ ਬੱਬਰ ਜੀ, ਹੌਲੀ ਹੌਲੀ ਗਰਮੀ ਹੁਣ
ਪੜ੍ਹੀ ਹੈ ਸਾਰਿਆਂ ਨੇ, ਪਲੇਅਰਾਂ ਨੇ ਵੀ, ਬੈਟਸਮੈਨ ਨੇ ਵੀ, ਫੀਲਡਰ ਨੇ ਵੀ। ਵਾਈਟ ਬਾਲ ਇਹ ਯਾਰ ਮਿਊਨਸਪਲ ਕੌਂਸਲ ਵਾਈਟ ਬਾਲ ਨਾ ਵੋ ਕਰ ਦਿੰਦੇ, ਕੀ ਗੱਲ ਹੈ? ਆ ਬਾਲ ਤਾਂ ਹੈਗੀ ਪਰ ਵਾਈਟ ਨਹੀਂ ਹੈਗੀ ਨਾ। ਅੱਛਾ ਵਾਈਟ ਨਹੀਂ ਹੈ, ਅੱਛਾ ਕਿਆ ਬਾਤ ਹੈ ਫੀਲਡਰ ਵੀ ਜ਼ੋਰਦਾਰ ਤਾੜੀ ਹੈ ਫੀਲਡਰ ਦੇ ਨਾਂ ਤੇ। ਰਣਦੀਪ ਪਟੋਰੀਆ ਯਾਰ ਮੈਂ ਤੁਸੀਂ ਮੈਨੂੰ ਕਿਉਂ ਭੁਲੇਖਾ ਪਾਉਂਦੇ ਹੋ ਫਿਰ? ਇਹ ਤੁਸੀਂ ਪ੍ਰੈਸ ਕਲੱਬ ਵਾਲੇ ਵੈਸੇ ਸੱਚੀ ਗੱਲ ਉਹ ਕਰ ਦੇਣਾ ਹੈ ਨਾ, ਕਰ ਲਓ। ਕਿਆ ਬਾਤ ਹੈ ਬਾਬਰ ਜੀ, ਸੱਚੀ ਗੱਲ ਐ ਲੱਗਦਾ ਜਿਵੇਂ ਇੰਟਰਨੈਸ਼ਨਲ ਮੈਚ ਮੂਚ ਖੇਡਦੇ ਰਹੇ ਨੇ ਪਹਿਲਾਂ। ਇਹ ਬਹੁਤ ਹੀ ਅੱਠ ਓਵਰ 38 ਰਨ ਬਹੁਤ ਹੀ ਵਧੀਆ ਤਰੀਕੇ ਨਾਲ ਬਾਬਰ ਜੀ ਜੋ ਬੈਟਿੰਗ ਕਰ ਰਹੇ ਨੇ। ਗੁਰਮੀਤ ਸਿੰਘ, ਗੁਰਪ੍ਰੀਤ ਨਹੀਂ, ਗੁਰਮੀਤ ਧੰਨਵਾਦੀ ਆ ਕਿ ਜਿਨ੍ਹਾਂ ਨੇ ਸਾਨੂੰ ਇਸ ਦੋਸਤਾਨਾ ਮੈਚ ਦੇ ਵਿੱਚ ਬਹੁਤ ਵੱਡਾ ਸਹਿਯੋਗ ਦਿੱਤਾ, ਮੋਮੈਂਟੋ ਵੀ ਹੋਰ ਕਾਰਡ ਵੀ ਸਪੋਂਸਰ ਕੀਤੇ ਨੇ ਉਹਨਾਂ ਦੇ ਨਾਲ, ਰਾਜਵਿੰਦਰ ਸਿੰਘ ਜੀ ਜੋ ਕਿ ਸਾਡੇ ਸਵੇਰ ਤੋਂ ਹੀ ਇਸ ਮੈਚ ਵਾਸਤੇ ਸਾਡਾ ਸਹਿਯੋਗ ਕਰ ਰਹੇ ਨੇ ਉਹਨਾਂ ਦੇ ਤਰ੍ਹਾਂ ਦੇ। ਹਾਂਜੀ, 6 ਓਵਰ 39 ਰਨ ਜੀ, 6 ਓਵਰ 39 ਰਨ, 6.5 ਦੀ ਐਵਰੇਜ ਨਿਕਲਦੀ ਹੈ। ਕਿਆ ਬਾਤ ਹੈ, ਫਿਰ ਬਹੁਤ ਵਧੀਆ ਸ਼ਾਟ ਸ਼ੰਕਰ ਜੀ ਵੱਲੋਂ, ਲੇਕਿਨ 1 ਰਨ ਆਪਣੀ ਟੀਮ 'ਚ ਹੋਰ ਜੋੜਦੇ ਹੋਏ ਮੋਹਿਤ ਸ਼ੰਕਰ ਜੀ, ਫੇਸਿੰਗ ਕਰਦੇ ਹੋਏ ਭੁਪਿੰਦਰ ਬੱਬਰ ਜੀ, ਬੈਟਿੰਗ ਅਤੇ ਬੋਲਿੰਗ 'ਤੇ ਸਿਮਰਨ ਢਿੱਲੋਂ ਜੀ, ਬੋਲਿੰਗ ਕਰਦੇ ਹੋਏ ਸਿਮਰਨ ਢਿੱਲੋਂ ਜੀ ਔਰ ਭੁਪਿੰਦਰ ਬੱਬਰ ਜੀ ਫੇਸ ਕਰਦੇ ਹੋਏ ਬੈਟਿੰਗ 'ਤੇ, ਲੇਕਿਨ ਸ਼ਾਰਟ ਮਾਰਨ ਕਾਮਯਾਬ।